Hi students I welcome you all at Gil's Mentor online e-learning channel ਤੁਹਾਡਾ ਸਾਰਿਆਂ ਦਾ ਮੈਂ ਵੈਲਕਮ ਕਰਦੀ ਹਾਂ ਜੀ Gil's Mentor ਦੇ ਚੈਨਲ ਦੇ ਉੱਤੇ ਜਿਦ ਤੱਕ ਤੁਸੀਂ ਜਾਣਦੇ ਹੋ ਅਸੀਂ ਕਿ ਆਪਣਾ ਪੰਜਾਬ ਪਟਵਾਰੀ 2020 ਦਾ ਕ੍ਰੈਸ਼ ਕੋਰਸ ਸ਼ੁਰੂ ਕਰ ਲਿਆ ਹੈਗਾ ਵੈ Gil's Mentor ਦੇ ਚੈਨਲ ਦੇ ਉੱਤੇ ਸਭ ਤੋਂ ਪਹਿਲੇ ਤੁਹਾਡੇ ਲਈ ਲੈ ਕੇ ਆਇਆ ਜਾ ਰਿਹਾ ਵੈ ਤੁਹਾਡਾ ਕੋਈ ਬਿਨਾ ਟਾਈਮ ਖਰਾਬ ਕੀਤੇ ਆਪਾਂ ਕੀ ਇਹ ਹੁਣ ਆਪਣਾ PSPCL ਦਾ ਐਗਜ਼ਾਮ ਹੋ ਚੁੱਕਾ ਹੋਇਆ ਵੈ ਇਸ ਲਈ ਸਾਨੂੰ ਕੀ ਹੈ ਪੰਜਾਬ ਪਟਵਾਰੀ ਵੱਲ ਫੋਕਸ ਕਰਨਾ ਸਟਾਰਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਹੀ ਜਲਦ ਕੀ ਹੈ ਇਹਦੀ ਨੋਟੀਫਿਕੇਸ਼ਨ ਆ ਜਾਏਗੀ ਤੇ ਜਿਸ ਦਿਨ ਇਹਦਾ ਫਾਰਮ ਦੀ ਨੋਟੀਫਿਕੇਸ਼ਨ ਆ ਗਈ ਨਾਲ ਹੀ ਆਪਾਂ ਉਮੀਦ ਕਰ ਸਕਦੇ ਹਾਂ 1 ਐਂਡ 1/2 ਮਨთ ਜਾਂ 2 ਮਨთਸ ਤੋਂ ਬਾਅਦ ਕੀ ਆਪਣਾ ਐਗਜ਼ਾਮ ਵੀ ਕੰਡਕਟ ਕਰਵਾ ਦਿੱਤਾ ਜਾਏਗਾ ਹੁਣ ਆਪਾਂ ਫਾਰਮ ਦੀ ਵੇਟ ਕਰਦੇ ਕਰਦੇ ਕੀ ਟਾਈਮ ਵੇਸਟ ਨਹੀਂ ਕਰਨਾ ਆਪਾਂ ਨੂੰ ਇਹਦੀ ਤਿਆਰੀ ਕੀ ਨਾਲ ਦੀ ਨਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ ਗਿਲਸ ਮੈਂਟਰ ਤੁਹਾਨੂੰ ਕੀ ਹੈ ਹਰ ਚੀਜ਼ ਕਵਰ ਕਰਵਾਏਗਾ ਜੀਕੇ ਦੇ ਵਿੱਚ ਮੈਥਸ ਵਿੱਚ ਐਗਰੀਕਲਚਰ ਵਿੱਚ ਹਰ ਚੀਜ਼ ਸਿਲੇਬਸ ਦੇ ਨਾਲ related ਤੇ ਅੱਜ ਤੇ ਆਪਾਂ ਲੈਕਚਰ ਸ਼ੁਰੂ ਕਰਦੇ ਹਾਂ ਹੁਣ ਹਾਂਜੀ ਸਟੂਡੈਂਟਸ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਲੇਕਸ ਤੇ ਉਹਨਾਂ ਦੀ ਲੋਕੇਸ਼ਨ ਉਸ ਤੋਂ ਪਹਿਲੇ ਆਪਾਂ ਕੀ ਡਿਸਕਸ ਕੀਤਾ ਹੋਇਆ ਵਾ ਨੈਸ਼ਨ ਆਪਣੇ ਨੈਸ਼ਨਲ ਪਾਰਕਸ ਤੇ ਟੈਂਪਲਸ ਠੀਕ ਹੈ ਜਿਨ੍ਹਾਂ ਦੀ ਰਿਵੀਜ਼ਨ ਮੈਂ ਟੈਂਪਲਸ ਦੇ ਵਿੱਚ ਵੀ ਤੁਹਾਨੂੰ ਤਾਮਿਲਨਾਡੂ ਦੀ ਰਿਵੀਜ਼ਨ ਕਰਵਾਈ ਸੀ ਅੱਜ ਵੀ ਆਪਾਂ ਰਿਵੀਜ਼ਨ ਕਰਾਂਗੇ ਇਸ ਲਈ ਤੁਸੀਂ ਲੈਕਚਰ ਦੇ ਐਂਡ ਤੱਕ ਹਮੇਸ਼ਾ ਬਨੇ ਰਹਿਣਾ ਵਾ ਜਦੋਂ ਵੀ ਤੁਸੀਂ ਕੀ ਹੈ ਕੋਈ ਵੀ ਲੈਕਚਰ ਦੇਖਣਾ ਹੈ ਹੁਣ ਆਪਾਂ ਲੇਕਸ ਨੂੰ ਸ਼ੁਰੂਆਤ ਕਰਦੇ ਹਾਂ ਲੇਕਸ ਦੇਖੋ ਇੱਕ ਤਾਂ ਹੁੰਦੇ ਆ ਨੈਚੁਰਲ ਲੇਕ ਠੀਕ ਹੈ ਦੂਸਰੇ ਕਿਹ ਹੁੰਦੇ ਆ ਆਰਟੀਫੀਸ਼ੀਅਲ ਲੇਕ ਨੈਚੁਰਲ ਲੇਕ ਕਿਹੜੇ ਜਿਹੜੇ ਆਪਣੀ ਕੁਦਰਤੀ ਬਾਰੇ ਹੋਏ ਆ ਆਰਟੀਫੀਸ਼ੀਅਲ ਮਤਲਬ ਮੈਨਮੇਡ ਬਣਾਏ ਹੋਏ ਠੀਕ ਹੈ ਹੁਣ ਆਪਾਂ ਲੇਕਸ ਦੀ ਡਿਸਕਸ਼ਨ ਨੂੰ ਸਟਾਰਟ ਕਰਦੇ ਆ ਪਹਿਲਾ ਲੇਕ ਆਪਾਂ ਡਿਸਕਸ ਕਰਨ ਜਾ ਰਹੇ ਆ ਕੋਲਰੂ ਲੇਕ ਕਿਹੜਾ ਕੋਲਰੂ ਲੇਕ ਜਿਹੜਾ ਕਿ ਕਿੱਥੇ ਹੈਗਾ ਆਪਣਾ ਆਂਧਰਾ ਪ੍ਰਦੇਸ਼ ਵਿੱਚ ਅਗਰ ਪੁੱਛ ਲਿਆ ਆਂਧਰਾ ਪ੍ਰਦੇਸ਼ ਕਿੱਥੇ ਕਿੱਥੇ ਵਿਜੇਵਾੜਾ ਵਿੱਚ ਠੀਕ ਹੈ ਕੋਲਰੂ ਲੇਕ ਹੁਣ ਇਹਦੇ ਬਾਰੇ ਇਹ ਕਿੱਥੇ ਲਾਇਆ ਕਰਦਾ ਹੋਇਆ ਹੈ ਇਹ ਕਿੱਥੇ ਲਾਇਆ ਕਰਦਾ ਕ ਕਿੱਥੇ ਲਾਇਆ ਕਰਦਾ ਹੈ ਕ੍ਰਿਸ਼ਨਾ ਤੇ ਗੋਦਾਵਰੀ ਜਿੱਥੇ ਜਿੱਥੇ ਕ੍ਰਿਸ਼ਨਾ ਤੇ ਗੋਦਾਵਰੀ ਦਾ ਡੈਲਟਾ ਮਿਲਦਾ ਹੈ ਨਾ ਉੱਥੇ ਕੀ ਹੈ ਇਹ ਗਾਵ ਹੈ ਤੇ ਇਹਦੇ ਬਾਰੇ ਸਭ ਤੋਂ ਇੰਪੋਰਟੈਂਟ ਜਾਣਕਾਰੀ ਤੁਸੀਂ ਕੀ ਯਾਦ ਰੱਖਣੀ ਹੈ ਇਹ ਸਭ ਤੋਂ ਲਾਰਜੇਸਟ ਕੀ ਆਪਣਾ ਫਰੈਸ਼ ਵਾਟਰ ਲੇਕ ਹੈ ਇੰਡੀਆ ਦਾ ਕਿਹੜਾ ਲੇਕ ਹੈ ਫਰੈਸ਼ ਵਾਟਰ ਲੇਕ ਹੈ ਕਿਹੜਾ ਹੈ ਫਰੈਸ਼ ਵਾਟਰ ਲੇਕ ਹੈ ਇੰਡੀਆ ਦਾ ਲਾਰਜੇਸਟ ਫਰੈਸ਼ ਵਾਟਰ ਠੀਕ ਹੈ ਮੇਨ ਚੀਜ਼ ਕੇ ਲ ਜੇ ਅਗਰ ਕੁਐਸਚਨ ਆ ਜਾਏ ਲਾਰਜੈਸਟ ਫ੍ਰੈਸ਼ ਵਾਟਰ ਲੇਕ ਕਿਹੜਾ ਹੈ ਆਪਣੇ ਇੰਡੀਆ ਦਾ ਕਿਹੜਾ ਹੈ ਕੋਲਰੂ ਲੇਕ ਕਿੱਥੇ ਹੈ ਆਂਧਰਾ ਪ੍ਰਦੇਸ਼ ਹੁਣ ਆਂਧਰਾ ਪ੍ਰਦੇਸ਼ ਕਿੱਥੇ ਹੈ ਕਹੋ ਉਹ ਵਿਜੇਵਾੜਾ ਵਿੱਚ ਤੇ ਇਸ ਲੇਕ ਦੇ ਉੱਤੇ ਕੀ ਹੈ ਆਪਣੇ ਇੱਕ ਬਰਡ ਸੈਂਚਰੀ ਵੀ ਹੈ ਕਿ ਹੈਗੀ ਬਰਡ ਸੈਂਚਰੀ ਅਪ ਬਰਡ ਸੈਂਚਰੀ ਡਿਸਕਸ ਨਹੀਂ ਕੀਤੀ ਹੈ ਬਹੁਤ ਹੀ ਜਲਦ ਕਰਾਂਗੇ ਕਿਹੜੀ ਬਰਡ ਸੈਂਚਰੀ ਹੈ ਅਟਾ ਪੱਕਾ ਬਰਡ ਸੈਂਚਰੀ ਠੀਕ ਹੈ ਅਟਾ ਪੱਕਾ ਬਰਡ ਸੈਂਚਰੀ ਕਿੱਥੇ ਹੈ ਕੋਲਰੂ ਲੇਕ ਦੇ ਉੱਤੇ क्लियर इंपॉर्टेंट फैक्ट्स पता लग गए नेक्स्ट अपनी लेक आप डिस्कस कर रहे पुलिकत लेक लेक आ रहे पुलीकित लेक ए भी कि आंध्र प्रदेश हूँ आंध्र प्रदेश कितने श्री हरिकोटा ठीक है आंध्र प्रदेश कितने है श्री कोटा। क्लीयर हो गया हूँ पुलीकित लेक के बारे के पुलिकित श्री हरिकोटा की है अपनी इतों मिसाइल्स होंगे ना लॉन्च ਜਿਹੜਾ ਚੰ드ਰੀਅਨ 1 ਮਿਸ਼ਨ ਸੀ ਉਹਦੀ ਵੀ ਕਿੱਥੋਂ ਹੋਈ ਸੀ ਇਹ ਉਤਾ ਹੀ ਕੀ ਹੈ ਆਇਲੈਂਡ ਤੇ ਬਣਿਆ ਹੋਇਆ S32 ਸਪੇਸ ਸੈਂਟਰ ਕੀ ਹੈ ਇਸੇ ਲੇਕ ਦੇ ਕੋਲ ਕੀ ਹੈ ਬਣਿਆ ਹੋਇਆ ਹੈ ਉਸ ਤੋਂ ਬਾਅਦ ਪੁਲिकेट ਲੇਕ ਕੀ ਹੈ ਆਪਣਾ ਕੀ ਹੈ ਇੰਡੀਆ ਦਾ ਬ੍ਰੈਕਿਸ਼ ਵਾਟਰ ਲੇਕ ਹੈ ਜਿਹਨੂੰ ਆਪਾਂ ਲੈਗੂਨ ਲੇਕ ਵੀ ਕਹਿੰਦੇ ਆ ਠੀਕ ਹੈ ਕੀ ਕਹਿੰਦੇ ਆ ਆਪਾਂ ਲੈਗੂਨ ਤੇ ਸੈਕਿੰਡ ਲਾਰਜੇਸਟ ਹੈਗਾ ਹੈ ਇਹ ਕੀ ਸੈਕਿੰਡ ਲਾਰਜੇਸਟ ਬ੍ਰੈਕਿਸ਼ ਵਾਟਰ ਕਲੀਅਰ ਹੋ ਗਿਆ ਉਸ ਤੋਂ ਇਲਾਵਾ ਇਹਦੇ ਬਾਰੇ ਇੱਕ ਪੁਆਇੰਟ ਤੁਸੀਂ ਹੋਰ ਯਾਦ ਰੱਖਣਾ ਵੈ ਉਹ ਕੀ ਪੁਆਇੰਟ ਹੈ ਇਹ ਆਈਲੈਂਡ ਜਿਹੜਾ ਇੱਥੇ ਇੱਕ ਸਪਾਈ ਇੱਕ ਆਪਾਂ ਕਹਿੰਦੇ ਨਾ ਸਪਾਈਡਲ ਸ਼ੇਪ ਸਪਿੰਡਲ ਸ਼ੇਪ ਦਾ ਨਾ ਇੱਕ ਬੈਰੀਅਰ ਬਣਾਇਆ ਹੈ ਜਿਸ ਨਾਲ ਆਪਾਂ ਸ੍ਰੀ ਹਰੀਕੋਟਾ ਸੈਪਰੇਟ ਕਰਦਾ ਵੈ ਉਸ ਉਸ ਚੀਜ਼ ਨੂੰ ਬੇ ਆਫ ਬੰਗਾਲ ਤੋਂ ਠੀਕ ਹੈ ਕਲੀਅਰ ਹੋਇਆ ਇਹ ਵਾਲਾ ਪੁਆਇੰਟ ਨੈਕਸਟ 챕ਨ ਲੇ ਕੇ ਗੱਲ ਦੀਪਪੁਰ ਬੀਲ ਇਹ ਕਿੱਥੇ ਅਸਾਮ ਦੇ ਵਿੱਚ ਕਿੱਥੇ ਹੈ ਦੀਬੋਰ ਬੀਲ ਕਿੱਥੇ ਹੈ ਅਸਾਮ ਦੇ ਵਿੱਚ ਕਿੱਥੇ ਅਸਾਮ ਵਿੱਚ ਕਿੱਥੇ ਕਮਰਾਂਪੂਚ ਠੀਕ ਹੈ ਨੈਕਸਟ ਕੀ ਆਪਣਾ ਚੰਦੂ ਬੀਲ ਲੇਕ ਐਵੀ ਕਿੱਥੇ ਆਪਣਾ ਅਸਾਮ ਵਿੱਚ दैट इज ਕਮਰੂਪ ਦੇ ਵਿੱਚ ਠੀਕ ਹੈ ਆਂਧਰਾ ਪ੍ਰਦੇਸ਼ ਦੇ ਕਿਹੜੇ-ਕਿਹੜੇ ਦੋ ਆਪਾਂ ਮੇਨਲੀ ਇੱਤੇ ਨੇ ਕੋਲਰੂ ਲੇਕ ਤੇ ਪੁਲੀਕੇਤ ਲੇਕ ਜੋ ਕਿ ਦੋਨੋਂ ਹੀ ਕਿਨੇ ਇੰਪੋਰਟੈਂਟ ਨੇ ਤੇ ਐਗਜ਼ਾਮ ਵਿੱਚ ਕੀ ਇਹ ਪੁੱਛੇ ਜਾਂਦੇ ਨੇ ਨੈਕਸਟ ਆਪਣਾ ਕੀ ਹੈ ਹੈਫਲੌਂਗ ਲੇਕ ਹੈਫਲੌਂਗ ਲੇਕ ਕਿੱਥੇ ਆਪਣਾ ਸਿਲਚਾਰ ਅਸਾਮ ਦੇ ਵਿੱਚ ਹੈ ਕ버 ਠੀਕ ਹੈ ਸੋਨ ਬੀਲ ਕਿੱਥੇ ਹੈ ਅਸਾਮ ਦੇ ਵਿੱਚ ਕਨਵਲੇ ਕਿੱਥੇ ਹੈ ਬਿਹਾਰ ਵਿੱਚ ਹੁਣ ਦੇਖੋ ਸੋਨਬੀਲ ਦੀਪੁਰ ਬੀਲ ਹੁਨੇ ਕੀ ਆ ਰਿਹਾ ਬੀਲ ਉੱਥੇ ਵੀ ਕੀ ਆਇਆ ਬੀਲ ਉੱਥੋਂ ਦੀ ਆ ਰਖ ਲੈਣਾ ਕਿੱਥੇ ਹੈ ਅਸਾਮ ਦੇ ਵਿੱਚ ਕਿੱਥੇ ਹੈ ਅਸਾਮ ਦੇ ਵਿੱਚ ਕਲੀਅਰ ਕਨਵਲੇ ਕਿੱਥੇ ਆਪਣਾ ਬਿਹਾਰ ਦੇ ਵਿੱਚ ਉਸ ਤੋਂ ਬਾਅਦ ਆਪਣਾ ਆ ਜਾਂਦਾ ਹੈ ਹਮਿਸਰ ਲੇਖ ਕਿੱਥੇ ਹੈ ਗੁਜਰਾਤ ਵਿੱਚ ਹਮਿਸਰਲੇ ਕਿੱਥੇ ਹੈਗਾ ਵਾਪਰਾ ਗੁਜਰਾਤ ਦੇ ਵਿੱਚ ਨੈਕਸਟ ਆਪਣਾ ਕਨਕਰੀਆ ਲੈ ਕਿੱਥੇ ਗੁਜਰਾਤ ਵਿੱਚ ਥੋਲੇ ਗੁਜਰਾਤ ਵਿੱਚ ਗੁਜਰਾਤ ਵਿੱਚ ਕਿੱਥੇ ਮੇਸਾਨਾ ਨਲਸਰੋਵਰ ਕਿੱਥੇ ਗੁਜਰਾਤ ਵਿੱਚ ਵੈਰੀ ਇੰਪੋਰਟੈਂਟ ਨਲਸਰੋਵਰ ਕੀ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਵੈ ਗੁਜਰਾਤ ਵਿੱਚ ਕਿੱਥੇ ਕਰਨਾਵਤੀ ਵਿੱਚ ਗੁਜਰਾਤ ਦੇ ਚੱਗੇ ਕਿੱਥੇ ਆ ਜਾਂਦਾ ਹੈ ਕਰਨਾਵਤੀ ਵਿੱਚ ਕਲੀਅਰ ਇੱਕ ਪੁੱਛਿਆ ਆਪਾਂ ਕਿਹੜੇ ਕਿਤੀ ਹੈ ਬਿਹਾਰ ਦੀ ਇੱਕ ਪੱਲੇ ਕਿਤੀ ਹੈ ਨਾ ਉਹਨੇ कनवर लेक कनवर लेक के बे कि एक इंपॉर्टेंट चीज़ है वो याद रखनी है वो की है इतने की है कनवर लेक बर्ड सेंचुरी लोकेटिड है की हैगी है कनवर लेक बर्ड सेंचुरी है ठीक है इन आप कनवर ताल भी कहते हैं कनवर ताल अपना लार्जेस्ट फ्रैश वाटर ऑक्सपो लेक है क्लीयर होगी देखो छोटी छोटी चीज़ा ने ਜੋ ਕਿ ਤੁਹਾਨੂੰ ਯਾਦ ਰੱਖਣੀਆਂ ਜ਼ਰੂਰੀ ਨੇ ਜੋ ਤੁਹਾਨੂੰ ਮੈਂ ਦੱਸ ਰਹੀਆਂ ਨਾਲ-ਨਾਲ ਕਿ ਉਹਨੂੰ ਨੋਟ ਕਰ ਲਓ। ਕਲੀਅਰ? ਇੰਪੋਰਟੈਂਟ ਪੁਆਇੰਟਸ ਨੇ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਆਪਣੀ ਨੈਕਸਟ ਚੱਪਾ ਕਿਹੜੀ ਆ ਜਾਂਦੀ ਹੈ? ਕਨਿਕਰਾ ਲੇਖ ਆਪਾਂ ਕਰ ਲਈ ਥੋਲੇ ਗੁਜਰਾਤ, ਨਲਸਰੋਵਰ ਗੁਜਰਾਤ। ਲਖੋਤਕ ਲੇਖ ਕਿੱਥੇ ਹੈ ਗੁਜਰਾਤ ਦੇ ਵਿੱਚ? ਵਸਤਰਪੁਰ ਕਿੱਥੇ ਹੈ ਗੁਜਰਾਤ ਵਿੱਚ? ਸੁਰਸਾਗਰ ਕਿੱਥੇ ਆਪਣੇ ਗੁਜਰਾਤ ਵਿੱਚ? ਠੀਕ ਹੈ ਇਹ ਆਪਣੀਆਂ ਸਾਰੀਆਂ ਕੀ ਸੀ ਗੁਜਰਾਤ ਦੇ ਨਾਲ ਰਿਲੇਟਡ। ਹੁਣ ਤੁਸੀਂ ਗੁਜਰਾਤ ਨਾਲ ਰਿਲੇਟਿਡ ਦੀ ਇਕ ਲੇਕਸ ਦੇ ਉੱਤੇ ਅਗਰ ਤੁਸੀਂ ਨਜ਼ਰ ਮਾਰੋ ਕੀ ਚੀਜ਼ ਆਂਦੀ ਹੈ ਦੇਖੋ ਗੁਜੇਰਾਤ ਰਾਤ ਰਾਤ ਆ ਰੇ ਗੁਰ ਸਾਗ ਕਲੀਅਰ ਇੱਥੋਂ ਦੀ ਆ ਰੱਖ ਲਿਆ ਕਰੋ ਠੀਕ ਹੈ ਉਵੇਂ ਰਾ ਰੇ ਵਸਤਾ ਸरोवर ਨਲਸਰੋਵਰ ਵਿੱਚ ਵੀ ਆ ਰ ਆ ਰਿਆ ਵੈ ਠੀਕ ਹੈ ਉਵੇਂ ਹੀ ਹਮਸਾਰ ਆ ਰਿਆ ਵੈ ਠੀਕ ਹੈ ਕਨਕਰੀਆ ਆ ਰਿਆ ਵੈ ਥੋਲੇ ਇੱਕ ਅੱਗੇ ਤਿਆ ਤਾਂ ਨੂੰ ਐਵੇਂ ਹੀ ਰੱਖਣੀ ਪਈਗੀ ਹੁਣ ਆਪਾਂ ਨੈਕਸਟ ਜਾ ਰਹੇ ਆ ਆਪਣੇ ਹਿਮਾਚਲ ਪ੍ਰਦੇਸ਼ ਵੱਲ ਨੂੰ ਹਿਮਾਚਲ ਪ੍ਰਦੇਸ਼ ਕਿਹੜੀ ਹੈ ਦਨਕਰ ਲੇਕ ਬਿਰਗੂ ਲੇਕ ਦਸ਼ੀਰ ਲੇਕ ਠੀਕ ਹੈ ਕਿਹੜੀਆਂ ਨੇ ਦਨਕਰ ਲੇਕ ਬਿਰਗੂ ਲੇਕ ਦਸ਼ੀਰ ਲੇਕ ਕਿੱਥੇ ਹੈ ਇਹਨੂੰ ਹਿਮਾਚਲ ਪ੍ਰਦੇਸ਼ ਹੁਣ ਅਗਰ ਹਿਮਾਚਲ ਪ੍ਰਦੇਸ਼ ਵਿੱਚ ਕਿਉਂ ਲੌਂਗ ਵਿੱਚ ਆ ਜਾਂਦੀ ਆਪਣੀ ਦਸ਼ੀਰ ਲੇਕ ਕੁਲੂ ਕੁਲੂ ਵਿੱਚ ਆ ਜਾਂਦੀ ਆਪਣੀ ਬਿਰਗੂ ਲੇਕ ਹਿਮਾਚਲ ਪ੍ਰਦੇਸ਼ ਤੇ ਥੈਟੀ ਵਿੱਚ ਆ ਜਾਂਦੀ ਆਪਣੀ ਦਨਕਰ ਲੇਕ ਨੈਕਸਟ ਆਪਣੀ ਹਿਮਾਚਲ ਪ੍ਰਦੇਸ਼ ਚੰਬਰ ਵਿੱਚ ਆ ਜਾਂਦੀ ਹੈ ਖੁਜਾਰ ਲੇਕ ਫਿਰ ਖਰੀਰੀ ਲੇਕ ਆ ਜਾਂਦੀ ਹੈ ਆਪਣੀ ਠੀਕ ਹੈ ਤੇ ਮਹਾਰਾਣਾ ਪ੍ਰਤਾਪ ਸਾਗਰ ਕਿੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੈਰੀ ਇੰਪੋਰਟੈਂਟ ਲੇਕ ਨੈਕਸਟ ਆਪਣੀ ਆਉਂਦੀ ਹੈ ਮਨਚੈਰ ਲੇਕ ਨੈਕੋਲੈਕ ਪੰਧੋਲ ਲੇਕ ਠੀਕ ਹੈ ਪੰਧੋਲ ਲੇਕ ਵਿਆਸ ਰਿਵਰ ਦੇ ਉੱਤੇ ਆਉਂਦੀ ਹੈ ਆਪਣੀ ਠੀਕ ਹੈ ਪ੍ਰਾਸ਼ਰ ਲੇਕ ਸੂਰਜ ਤਾਲ सूरज ताल एक अपताल पिछे भी कित्ता सी केड़ा ताल कित्ता सी कित्ता सी किन्नी कनवर ताल ठीक है जो कि ये बिहार विच जो कि कहते हैं कनवर लेख देते हैं उसके बाद अपनी आ जंदी है रेवा सल लेक क्लियर देखो हुन लेक्स विच के बहुत सारी लेक्स सा आ जंदियां है ਪਰ ਆਪਾਂ ਕੀ ਕਰਨੀਆਂ ਨੇ ਇੰਪੋਰਟੈਂਟ ਬਿਲਕੁਲ ਹੀ ਇੰਪੋਰਟੈਂਟ ਲੀਕਸ ਕਰਨੀਆਂ ਨੇ ਜੋ ਕਿ ਐਗਜ਼ਾਮਸ ਵਿੱਚ ਕੀ ਹੈ ਤੁਹਾਡੇ ਕੋਈ ਪੁੱਛਿਆ ਜਾਂਦੇ ਆ ਨੇ ਤੇ ਉਹਨਾਂ ਨੂੰ ਕਰਨਾ ਕਿ ਹੋ ਜਾਂਦਾ ਜ਼ਰੂਰੀ ਹੋ ਜਾਂਦਾ ਵੈ ਕਲੀਅਰ ਹੋ ਜਾਂਦੇ ਇੰਨੀ ਚੀਜ਼ ਕਲੀਅਰ ਹੈ ਨੈਕਸਟ ਅੱਗੇ ਵਧੀਏ ਬ੍ਰਹਮਸਰੋਵਰ ਲੇਕ ਐ ਆਪਣੀ ਆ ਜਾਂਦੀ ਹੈ ਹਰਿਆਣਾ ਦੇ ਵਿੱਚ ਸੂਰਜਕੁੰਡ ਲੇਕ ਫਰੀਦাবাদ ਹਰਿਆਣਾ ਵੈਰੀ ਇੰਪੋਰਟੈਂਟ ਕੁਐਸਚਨ ਜਾਂਦਾ ਸੂਰਜਕੁੰਡ ਮੇਲਾ ਵੀ ਲੱਗਦਾ ਹੈ ਕਿੱਥੇ ਲੱਗਦਾ ਹੈ ਸੂਰਜਕੁੰਡ ਮੇਲਾ ਫਰੀਦাবাদ ਦੇ ਵਿੱਚ ਸੂਰਜਕੁੰਡ ਲੇਕ ਕਿੱਥੇ ਹੈ ਫਰੀਦাবাদ ਦੇ ਵਿੱਚ ਤਿਲਿਆਰ ਲੇਕ ਰੋਤਕ ਹਰਿਆਣਾ ਵਿੱਚ ਬਲੂਬਰਡ ਲੇਕ ਕਿੱਥੇ ਹੈ ਹਿਸਾਰ ਹਰਿਆਣਾ ਵਿੱਚ ਇਹਦੇ ਵਿੱਚ ਸਭ ਤੋਂ ਮੇਨ ਸੀਗੀ ਆਪਣੇ ਸੂਰਜਕੁੰਡ ਲੇਕ ਕਲੀਅਰ ਹੋ ਗਈਆਂ ਗੁਜਰਾਤ ਦੀ ਕਲੀਅਰ ਹੋ ਗਈ ਹੁਣ ਆਪਣੀ ਗੁਜਰਾਤ ਹਰਿਆਣਾ ਅਸਾਮ ਆਂਧਰਾ ਪ੍ਰਦੇਸ਼ ਦੀ ਕਲੀਅਰ ਹੋ ਗਈ ਆਂਧਰਾ ਪ੍ਰਦੇਸ਼ ਦੀ ਦੋਨੋਂ ਯਾਦਾਂ ਕੋਲਰੂ ਲੇਕ ਤੇ ਪੁਲੀਕਤ ਲੇਕ ਨੈਕਸਟ ਅਜੰਦੀ ਆਪਣੀ ਦਲ ਲੇਕ ਦਲ ਲੇਕ ਕਿੱਥੇ ਹੈ ਸ਼੍ਰੀਨਗਰ ਜੰਮੂ ਕਸ਼ਮੀਰ ਵਿੱਚ ਇੱਥੇ ਸ਼੍ਰੀਨਗਰ ਜੰਮੂ ਕਸ਼ਮੀਰ ਵਿੱਚ ਤੇ ਅਨੂ ਜਵੈਲ ਇਹਨੂੰ ਆਪਾਂ ਕੀ ਕਹਿੰਦੇ ਸ਼੍ਰੀਨਗਰ ਜਵੈਲ ਇਹਨੂੰ ਆਪਾਂ ਦਲ ਲੇਗ ਨੂੰ ਕੀ ਕਹਿੰਦੇ ਸ਼੍ਰੀਨਗਰ ਜਵੈਲ ਸਮਝ ਆ ਰਿਹਾ ਨਾ ਕਹਿੰਦੇ ਨਾ ਚਾਂਦੀ ਦਾ ਤੂੰ ਮੇਰਾ ਹੀਰ ਇਹ ਘਰ ਦਾ ਹੀਰਾ ਵੈ ਉਦਾਂ ਹੀ ਜੰਮੂ ਕਸ਼ਮੀਰ ਵਿੱਚ ਦਲ ਲੇਗ ਨੂੰ ਕਹਿ ਜਾਂਦਾ ਹੀਰਾ ਵੈ ਜੰਮੂ ਕਸ਼ਮੀਰ ਦਾ ਮਤਲਬ ਜਵੈਲ ਇਨ ਦਾ ਕ੍ਰਾਉਨ ਆਫ ਕਸ਼ਮੀਰ ਵੀ ਕਿਹਾ ਜਾਂਦਾ ਵੈ ਠੀਕ ਹੈ ਜਿਹੜਾ ਆਪਣਾ ਏਸ਼ੀਆ ਦਾ ਸਭ ਤੋਂ ਵੱਡਾ ਟੁਲਿਪ ਗਾਰਡਨ ਹੈ ਕਿਹੜਾ ਗਾਰਡਨ ਟੁਲਿਪ ਗਾਰਡਨ ਕਿੱਥੇ ਹੈ दल लेक दे बैंक्स के कोल ही है ठीक है मुगल गार्डन शालीमार बाग निशांत बाग यह सब कितने दल लेक बैंक्स उत्ते ठीक है बैंक्स ऑफ दल लेक मुगल गार्डन शालीमार बाग निशांत बाग यह सब कितने अपने दल लेक के उपर क्लियर हो गए इंपॉर्टेंट है द लेक याद रखनी है वेरी वेरी इम्पॉर्टेंट अपनी दल लेक क्लियर है नेक्स्ट लेक वाल वी है इन लेक्स क्लीयर हो गई अपनी नेक्स्ट लेक के आ जुड़ी है तो सोमरौरी लेक दैट इज इन लद्दाख हूँ लद्दाख अपनी की बन चुकी है यूनीयन टेरेटरी अलग बन चुकी हुई है जम्मू कश्मीर भी यू अपनी यूनियन टेरेटरी बन चुकी है नेक्स्ट की है वूलर लेक इत जम्मू कश्मीर में बनती पूरा वेरी इंपॉर्टेंट वूलर लेक अपनी की है फ्रैश वाटर लेक है सैकेंड लार्जसट तो दसती सी केड़ी है पुलिकित लेक ठीक है लार्जेस्ट फ्रैश वाटर अगर लेक पुन गे तो अपने कड़ी हो जाएगी वुलर लेक जो कि कैंथे हैगी है जम्मू कश्मीर बार्जेस्ट फ्रैश वाटर लेक हैगी है, अपनी वुलर लेक ए बारे चीज जानना जरूरी है नैक्सट अपनी आ जी है मानसबाल लेक कि आ गई जम्मू कश्मीर मानसर लेक कि जम्मू कश्मीर बिच ठीक है शेषनाग ले ले लेक इत्ते अपने जम्मू कश्मीर ਦੇ ਵਿੱਚ ਐਸਾਰੇ ਆਪਣੀਆਂ ਕਿਹ ਸੀ ਜੰਮੂ ਕਸ਼ਮੀਰ ਦੇ ਨਾਲ ਰਿਲੇਟਡ ਇੰਪੋਰਟੈਂਟ ਲੇਕਸ ਕਿਹੜੇ-ਕਿਹੜੀਆਂ ਨੇ ਦਲ लेक, ਬੁੱਲਰ ਲੈਕ, ਮਾਂਸਬਾ ਲੈਕ, ਸ਼ੇਸ਼ਨਾਗ ਲੈਕ ਇਹ ਸਭ ਕਿਤੇ ਨਹੀਂ ਆਪਣੀਆਂ ਜੰਮੂ ਕਸ਼ਮੀਰ ਦੀਆਂ ਨੈਕਸਟ ਆਪਣੀ ਆ ਜਾਂਦੀ ਹੈ ਕਰਨਾਟਕਾ ਕਰਨਾਟਕਾ ਵਿੱਚ ਕਿਹੜੀ ਹੈ ਬੇਲੰਦੁਰ ਲੈਕ ਉਲਸਰ ਲੈਕ ਸੰਕੇ ਲੈਕ ਲਾਲ ਬਾਗ ਲੈਕ ਮੰਡੀ ਵਾਲਾ ਲੇਕ ਇਹ ਸਭ ਕਿੱਥੇ ਨੇ ਆਪਣੀ ਬੰਗਲੂਰੂ ਕਰਨਾਟਕਾ ਵਿੱਚ ਠੀਕ ਹੈ ਇਹ ਸਾਰੀਆਂ ਲੇਕਸ ਆਪਣੀਆਂ ਕਿੱਥੇ ਕਰਨਾਟਕਾ ਦੇ ਵਿੱਚ ਨੈਕਸਟ ਆਪਣੀ ਆ ਜਾਂਦੀਆਂ ਨੇ ਮੈਸੂਰ दैट इज ਉਹਨੋ ਕੀ ਹੈ ਕਰਨਾਟਕਾ ਵਿੱਚ ਇੱਥੇ ਕਿਹੜੇ-ਕਿਹੜੇ ਹੈ ਲਿੰਗਬੁੱਦੀ ਲੇਕ ਤੇ ਕਰਾਂ ਕਰੰਜੀ ਲੇਕ ਕਲੀਅਰ ਪਾਮਪਾਸ ਰੋਵਰ ਕਿੱਥੇ ਆਪਣਾ ਹੰਪੀ ਕਰਨਾਟਕਾ ਵਿੱਚ ਪਾਮਪਾਸ ਰੋਵਰ ਕਿੱਥੇ ਆਪਣਾ ਹੰਪੀ ਕਰਨਾਟਕਾ ਵਿੱਚ ਨੈਕਸਟ ਆਪਣੀ ਆ ਜਾਂਦੀ ਹੈ ਆਪਣੀ ਕੇਰਲਾ ਦੀ ਲੇਕ ਕੇਰਲਾ ਦੇ ਵਿੱਚ ਆਪਣੀਆਂ ਤਿੰਨ ਇੰਪੋਰਟੈਂਟ ਲੇਕਸ ਨੇ ਇੰਪੋਰਟੈਂਟ ਨਹੀਂ ਮੈਂ ਕਵਾਂਗੀ ਉਹਨਾਂ ਨੂੰ ਵੈਰੀ ਇੰਪੋਰਟੈਂਟ ਕਵਾਂਗੀ ਕੋਈ ਦੱਸ ਸਕਦਾ ਹੈ ਕਿਹੜੀਆਂ ਤਿੰਨ ਇੰਪੋਰਟੈਂਟ ਲੇਕਸ ਨੇ ਆਪਣੀਆਂ ਬਿਨਾ ਹਾਲਿਆਪਰ ਸ਼ੁਰੂ ਕੀਤੇ ਪਹਿਲੀ ਤਾਂ ਆ ਗਈ ਆਪਣੀ ਅਸ਼ਟਮੁੱਡੀ ਲੇਕ ਜੋ ਕਿ ਕਿੱਥੇ ਹੈ ਕੋਲਮ ਕੇਰਲਾ ਦੇ ਵਿੱਚ ਨੈਕਸਟ ਆਪਣੀ ਆ ਜਾਂਦੀ ਹੈ ਮਨਚਾਰੀ ਲੇਕ ਕੇਰਲਾ ਦੇ ਵਿੱਚ ਪਾਰਾ पारा व्यू कार लेक कित है केरला दुदे कितने ऐवी केरला नेक्स्ट लेक अपनी है सष्टम कोटा लेक कोलम केरला किरला हूँ अपनी आ गई वेरी इंपॉर्टेंट लेक दैट इज़ विबंडन ठीक है बहुत ही इंपॉर्टेंट लेक है विम लेक हूँ है इंपॉर्टेंट क्यों है लेक ਏ ਕੀ ਆਪਣੀ ਲੋਂਗੇਸਟ ਲੇਕ ਆਪਣੀ ਇੰਡੀਆ ਦੀ ਲੋਂਗੇਸਟ ਅਗਰ ਕੋਈ ਪੁੱਛੇ ਨਾ ਲੋਂਗੇਸਟ ਲੇਕ ਇੰਡੀਆ ਦੀ ਲੋਂਗੇਸਟ ਲੇਕ ਕਿਹੜੀ ਹੈ ਕਿਹੜੀ ਹੈ ਵਿੰਬੰਦਨ ਲੇਕ ਤੇ ਕੇਰਲਾ ਦੀ ਕੀ ਹੈ ਲਾਰਜੇਸਟ ਹੈ ਲੋਂਗੇਸਟ ਤੇ ਲਾਰਜੇਸਟ ਦਾ ਡਿਫਰੈਂਸ ਸਮਝਦੇ ਹੋ ਨਾ ਠੀਕ ਹੈ ਤੇ ਇਸ ਲੇਕ ਉੱਤੇ ਹੁਣੇ ਹੀ ਪਿੱਛੇ ਐਜਿਸ ਨਿਊਜ਼ ਇਨ ਨਹਿਰੂ ਟਰੋਫੀ ਬੋਟ ਰੇਸ ਉਹ ਕਿਹੜੀ ਲੇਕ ਉੱਤੇ ਹੁੰਦੀ ਹੈ ਇਹ ਦਿੱਤੀ कि विबंधन लेक दे उत्ते ही की अपनी नहरू ट्रॉफी बॉर्डरीस होंगी जो कि क्वेश्चन डायरैक्ट आता है पहला क्वेश्चन के अंदर जी नहरू ट्रॉफी बॉडरेस है कि स्टेट वि हों केरला फिर क्या आंता है नहरू ट्रॉफी बॉर्डरीस कि लेक उत्ते होंगी है विबंधन लेक उ क्लीयर होर क्वेश्चन की आंता है लोंगेस्ट लेक इंडिया की किबंधन लेक लार्जेस्ट फ्रे वाटर लेक के वुलर लेक क्लियर एक पिछले लेक बारे थोड़ी सषम शष्टम कोटा लेक शष्टमोट कोटा लेक की है, एक केरला दी लार्जेस्ट फ्रैश वाटर लेक है केरला दी अगर लार्जस्ट फ्रैश वाटर पे शष्टम कोटा लेक क्लियर ਉਸ ਤੋਂ ਬਾਅਦ ਆਪਣੀ ਕੇਰਲਾ ਦੀ ਇੰਪੋਰਟੈਂਟ ਲੇਕ ਹੋਰ ਕਿਹੜੀ ਆ ਜਾਂਦੀ ਹੈ ਪਰੀਆਰ ਲੇਕ ਸੁਣਿਆ ਹੋਇਆ ਸਭ ਨੇ ਪਰੀ ਆਰ ਲੇਕ ਕਿਹੜੀ ਕਹਿੰਿਆ ਮੈਂ ਪਰੀ ਆਰ ਲੇਕ ਐ ਇੱਕ ਆਪਣੀ ਵੈਰੀ ਇੰਪੋਰਟੈਂਟ ਲੇਕ ਹੈ ਆਪਣੀ ਕੇਰਲਾ ਦੀ ਪਰੀਆਰ ਰਿਵਰ ਵੀ ਹੈਗੀ ਹੈ ਨਾ ਠੀਕ ਹੈ ਇਹਦੇ ਉੱਤੇ ਦੋਨੋਂ ਤੇ ਕੀ ਹੈ ਪਰੀਆਰ ਵਾਈਲਡਲਾਈਫ ਸੈਂਚਰੀ ਵੀ ਹੈ ਇੱਕ ਠੀਕ ਹੈ ਪਰੀਆਰ ਵਾਈਲਡਲਾਈਫ ਸੈਂਚਰੀ ਵੀ ਹੈਗੀ ठीक है प्रयार रिवर भी है प्रयार लेक भी है वाइल्ड लाइफ सेंचुरी भी है इन्नी चीज़ क्लीयर हो गई हम अगे वीए नैक्सट एक आज दिनी लेक तिरुवंतपुरम केरला नेक्स्ट अपना आ गया मध्य प्रदेश मध्य प्रदेश के बोझतल लेक है बोझतल लेक यह अपनी की है लार्जेस्ट आर्टिफिशियल लेक है एशिया की अगर क्वेश्चन आ जाए लार्जेस्ट आर्टिफिशियल तो स्टार्टिंग दसिए नैचुरल लेक हों आर्टीफिशियल की है लार्जेसट आर्टिफिशियल लेक है कितने की एशिया की लार्जेस्ट आर्टिफिशियल लेक एशिया बोझतल लेक ठीक है लार्जेस्ट आर्टिफिशियल लेक कलीयर उस बाद अपने आएंधी गोड़ेवाड़ा लेक जो कि महाराष्ट्र पर्शन लेक अगेन इन महाराष्ट्र शिवाजी सागर लेक किथे है महाराष्ट्र ਦੇ ਵਿੱਚ ਕਲੀਅਰ ਮਹਾਰਾਸ਼ਟਰਾ ਦੀ ਕਲੀਅਰ ਹੋ ਗਈ ਨੈਕਸਟ ਆਪਣੀ ਮੇਘਾਲਿਆ ਵਿਚ ਆ ਜਾਂਦੀ ਹੈ 우ਮਾਮ ਲੇਕ ਕਿਹੜੀ ਆ ਜਾਂਦੀ ਹੈ 우맘 ਲੇਕ ਕਿੱਥੇ ਹੈਗੀ ਹੈ ਮਹਾਰਾਸ਼ਟਰਾ ਦੇ ਵਿੱਚ ਸੌਰੀ ਮੇਘਾਲਿਆ ਵਿੱਚ ਕਿੱਥੇ ਹੈਗੀ ਹੈ ਮੇਘਾਲਿਆ ਦੇ ਵਿੱਚ ਇੱਕ ਮਹਾਰਾਸ਼ਟਰਾ ਦੀ ਮਿਸ ਹੋ ਗਈ ਹੈ ਮਹਾਰਾਸ਼ਟਰਾ ਦੀ ਇੰਪੋਰਟੈਂਟ ਲੇਕ ਹੈ ਉਸ ਲੇਕ ਦਾ ਕੀ ਨਾਮ ਹੈ सलीम अली ਲੇਕ ਕਿ ਨੇ ਨਾਮ ਸਲੀਮ ਸਲੀਮ ਅਲੀ ਲੇਕ ਹੈ ਇੱਕ ਤਾਂ ਸਲੀਮ ਅਲੀ ਬਰਡ ਸੈਂਚਰੀ ਹੈ ਇੱਕ ਸਲੀਮ ਅਲੀ ਨੈਸ਼ਨਲ ਪਾਰਕ ਵੀ ਹੈਗਾ ਵੈ ਠੀਕ ਹੈ ਇੱਕ ਸਲੀਮ ਅਲੀ ਲੇਕ ਹੈ ਹੁਣ ਤੁਸੀਂ ਦੱਸਣੇ ਨੇ ਸਲੀਮ ਅਲੀ ਕੌਣ ਸੀ ਇੱਕ ਜਿਹਨਾਂ ਦੇ ਨਾਮ ਤੇ ਹੈ ਲੇਕ ਹੈ ਇਹ ਇੱਕ ਗ੍ਰੇਟ ਆਰਥਨੋਲੋਜਿਸ ਸੀ ਠੀਕ ਹੈ ਇਹਦੇ ਕੋਲ ਸਲੀਮ ਅਲੀ ਤਲਾਬ ਵੀ ਬਣਾਇਆ ਗਿਆ ਸੀ क्लीयर है इन्नी चीज उसने आई है लौकतक लेक लौकत लेख वेरी इंपॉर्टेंट क्यों क्योंकि ये नैशनल पार्क उत्ते बनी है कायबुल लैमजो नैशनल पार्क जो कि अपना की है वर्ल्ड का इकलौता फ्लोटिंग नैशनल पार्क है मैं कि कह रही हूँ वर्ल्ड का इकलौता फ्लोटिंग नैशनल पार्क है कि लोकतक लेक दे उत्ते बनया हो ठीक है जो कि कितने है मणिपुर के ਕਾਇੜਾ ਵੇ ਕੈਬੂਲ ਲੈਮ ਜੋ ਕਲੀਅਰ ਤੇ ਇਹ ਆਪਣੀ ਨਾਰਥ ਈਸਟ ਦੀ ਲਾਰਜੈਸਟ ਫਰੈਸ਼ ਵਾਟਰ ਲੇਕ ਕਿਹੜੀ ਲੋਕਤਕ ਲੇਕ ਆਪਣੀ ਨਾਰਥ ਈਸਟ ਦੀ ਕੀ ਹੈ ਲਾਰਜੈਸਟ ਫਰੈਸ਼ ਵਾਟਰ ਲੈ ਕੇ ਕੀ ਹੈ ਕਲੀਅਰ ਕਿੱਥੇ ਮਨੀਪੁਰ ਦੇ ਵਿੱਚ ਮਿਜ਼ਰਾਮ ਵਿੱਚ ਪਾਲਗਦਿਲ ਲੇਕ ਮਿਜ਼ਰਾਮ ਚ ਅਨੁਸ਼ਪਾ ਲੇਕ ਕਿੱਥੇ ਹੈ ਓਡੀਸਾ ਵਿੱਚ ਚਿਲਿਕਾ ਲੇਕ ਕਿੱਥੇ ਹੈ ਓਡੀਸਾ ਵਿੱਚ ਚਿਲਿਕਾ ਲੇਕ ਦੇ ਬਾਰੇ ਤੁਹਾਨੂੰ ਥੋੜੀ ਜਿਹੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਵੈ ਚਿਲਿਕਾ ਲੇਕ ਕੀ ਹੈ ਆਪਣੀ ਬ੍ਰੈਕਿਸ਼ ਚਿਲਿਕਾ ਲੇਕ ਕੀ ਹੈ ਆਪਣੀ ਬ੍ਰੈਕਿਸ਼ ਵਾਟਰ ਲੈਗੂਨ ਲੇਕ ਹੈ ਠੀਕ ਹੈ ਤੇ ਇਹ ਕੀ ਹੈ ਲਾਰਜੇਸਟ ਹੈਗੀ ਹੈ ਠੀਕ ਹੈ ਆਪਣੀ ਕੀ ਹੈ ਇੰਡੀਆ ਦੀ ਲਾਰਜੇਸਟ ਵਾਟਰ ਲੈਗੂਨ ਲੇਕ ਹੈ ਬ੍ਰੈਕਿਸ਼ ਕਾਲਪਾਣੀ ਵਰੀ ਕਹਿੰਦੇ ਹਨ ਬ੍ਰੈਕਿਸ਼ ਵਾਟਰ ਲੈਗੂਨ ਲੇਕ ਇੰਡੀਆ ਦੀ ਸਭ ਤੋਂ ਵੱਡੀ ਹੈ ਤੇ ਵਰਲਡ ਦੀ ਕੀ ਹੈ ਸੈਕੰਡ ਲਾਰਜੇਸਟ ਹੈ ਵੋਲਡ ਵਿੱਚ ਦੂਸਰਾ ਨੰਬਰ ਚ ਆਉਂਦੀ ਹੈ ਇੰਡੀਆ ਵਿੱਚ ਕੀ ਹੈ ਇਹ ਪਹਿਲੀ ਕੀ ਹੈ ਲਾਰਜੈਸਟ ਸਟ੍ਰੈਕਿਸ਼ ਵਾਟਰ ਡੈਗੂਨ ਹੈ ਮਾਈਗਰੇਟਰੀ ਬਰਡਸ ਮਾਈਗ੍ਰੇਟ ਕਰਦੀਆਂ ਨੇ ਇੱਥੇ ਕਲੀਅਰ ਨੈਕਸਟ ਆਏਂਦਾ ਆਪਣਾ ਕੰਜਾਇਆ ਲੇਕ ਜੋ ਕਿ ਕਿੱਥੇ ਹੈ 오डिशा ਦੇ ਵਿੱਚ ਫਿਰ ਆਪਣੇ ਪੰਜਾਬ ਵਿੱਚ ਕੀ ਹੈ ਤਿੰਨ ਵੈਟਲੈਂਡ ਨੇ ਕਪੂਰਥਲਾ ਫਿਰੋਜ਼ਪੁਰ ਤੇ ਰੂਪਨਗਰ ਦੇ ਵਿੱਚ ਫਿਰੋਜ਼ਪੁਰ ਨਹੀਂ ਆਣਾ ਇੱਥੇ ਸੌਰੀ ਬਿਲਕੁਲ ਗਲਤ ਹੈ ਫਿਰੋਜ਼ਪੁਰ ਨਹੀਂ ਆਣਾ ਹਰੀਕਾ ਵੈਟਲੈਂਡ ਆਪਣਾ ਆ ਜਾਂਦਾ ਤਰਨਤਾਰਾ ਦੇ ਕੋਲ ਹਰੀਕੇ ਪੱਤਨ ਹੈ ਨਾ ਜਿੱਥੇ ਕਿੱਥੇ ਜਿੱਥੇ ਸਤਲੁਜ ਤੇ ਬਿਆਸ ਮਿਲਦੀ ਹੈ ਠੀਕ ਹੈ ਤਰਨਤਾਰਾ ਕਪੂਰਥਲਾ ਜਿੱਥੇ ਆਪਾਂ ਕਹਿੰਦੇ ਨਾ ਇਸ ਆਪਣਾ ਜਿਵੇਂ ਪੰਜਾਬ ਦਾ ਮੈਪ ਹੈ ਐਗਜ਼ਾਮਪਲ ਲੈ ਲਓ ਟ੍ਰਾਇੰਗਲਰ ਸ਼ੇਪ ਜੀ ਹੈ ਇਸ ਜਗ੍ਹਾ ਤੇ ਆਪਣੀ ਮਿਲਦੀ ਹੈ ਕਿ ਸਤਲੁਜ ਤੇ ਬਿਆਸ ਉੱਥੇ ਕੀ ਹੈ ਹਰੀਕੇ ਪੱਤਨ ਕਲੀਅਰ ਇੱਥੇ ਫਿਰੋਜ਼ਪੁਰ ਹੈ ਨਾ ਸਹੀ ਕਰ ਲੈਣਾ ਠੀਕ ਹੈ ਕੰਜਲੀ ਵੈਟਲੈਂਡ ਕਿੱਥੇ ਹੈ ਕਪੂਰਥਲਾ ਵਿੱਚ ਹਰੀਕੇ ਵੈਟਲੈਂਡ ਕਿੱਥੇ ਹੈ ਸੋ ਰੋਪਰ ਵੈਟਲੈਂਡ ਕਿੱਥੇ ਆ ਰੂਪਨਗਰ ਦੇ ਵਿੱਚ ਠੀਕ ਹੈ ਰੋਪਰ ਤਾਂ ਇਹੀ ਰੂਪਨਗਰ ਰੋਪਰ ਦਾ ਇੱਕ ਨਾਮ ਹੈ ਨਾ ਕਲੀਅਰ ਹਰੀਕੇ ਵੈਟਲੈਂਡ ਸਮਝ ਆ ਰਹੀ ਨਾ ਕੁਸ਼ਨ ਆ ਜਾਂਦਾ ਹਰੀਕੇ ਵੈਟਲੈਂਡ ਕਿਹੜੀ ਕਿਹੜੀ ਦੋ ਰਿਵਰਸ ਨੂੰ ਮਿਲ ਕੇ ਮਿਲਿਆ ਹੋਇਆ ਹੈ ਕਿੰਨੂੰ ਮਿਲਿਆ ਹੋਇਆ ਕਿਹੜੀ ਦੋ ਰਿਵਰਸ ਨਾਲ ਮਿਲ ਕੇ ਮਿਲਿਆ ਸਤਲੁਜ ਤੇ ਬਿਆਸ ਨੂੰ ਮਿਲ ਕੇ ਕਿ ਨੂੰ ਸਤਲੁਜ ਤੇ ਬਿਆਸ ਨੂੰ ਤੇ ਕਿੱਥੇ ਹੈ ਤਰਨਤਾਰਨ ਫਿਰੋਜ਼ਪੁਰ ਨਹੀਂ ਕਰਨਾ ਇੱਥੇ ਤਰਨ ਤਾਰਨ ਦੇ ਬਾਰਡਰਸ ਦੇ ਉੱਤੇ ਆਂਦਾ ਹੈ ਠੀਕ ਹੈ ਤਰਨਤਾਰਨ ਤੇ ਫਿਰੋਜ਼ਪੁਰ ਦੇ ਨਾਲ ਬਾਰਡਰਸ ਉੱਤੇ ਆਂਦਾ ਇਸ ਕਰਕੇ ਇੱਥੇ ਫਿਰੋਜ਼ਪੁਰ ਆ ਜਾਂਦਾ ਵੈ ਪਰ ਇੱਕ ਕੁਐਸਚਨ ਐਗਜ਼ਾਮ ਵਿੱਚ ਤੁਹਾਨੂੰ ਤਰਨਤਾਰਨ ਹੀ ਆਂਦਾ ਹਮੇਸ਼ਾ ਠੀਕ ਹੈ ਕਿਉਂਕਿ ਬਿਲਕੁਲ ਬਾਰਡਰਸ ਉੱਤੇ ਹੈ ਤਰਨਤਾਰਨ ਤੇ ਫਿਰੋਜ਼ਪੁਰ ਤੁਸੀਂ ਕੀ ਦੋਨੋਂ ਯਾਦ ਰੱਖਣਾ ਪਰ ਇੰਪੋਰਟੈਂਟ ਤੁਸੀਂ ਤਰਨਤਾਰਨ ਯਾਦ ਰੱਖਣਾ ਫਿਰੋਜ਼ਪੁਰ ਨੂੰ ਯਾਦ ਨਹੀਂ ਰੱਖਣਾ ਕਿਉਂਕਿ ਇਹ ਇੱਕ ਕੀ ਹੈ ਧਿਆਨ ਨਾਲ ਦੇਖੋ ਇਹ ਮੈਪ ਹੈ ਜਿਹੜੇ ਬੱਚੇ ਪਹਿਲੀ ਵਾਰੀ ਦੇਖ ਰਹੇ ਨੇ ਜਦੋਂ ਆਪਾਂ ਪੰਜਾਬ ਦਾ ਕਲਚਰ ਡਿਸਕਸ ਕਰਾਂਗੇ ਉਹ ਤੋਂ ਠੀਕ ਹੈ ਪੰਜਾਬ ਦਾ ਮੈਪ ਟ੍ਰਾਇੰਗਲਰ ਸ਼ੇਪ ਚ ਹੈ ਇੱਥੋਂ ਆਪਣੀ ਸਤਲੁਜ ਆ ਰਹੀ ਹੈ ਇੱਥੇ ਬਿਆਸ ਆ ਰਹੀ ਇਸ ਜਗ੍ਹਾ ਤੇ ਠੀਕ ਹੈ ਇਸ ਪੁਆਇੰਟ ਤੇ ਇੱਥੇ ਆਪਣਾ ਤਰਨਤਾਰਾ ਆ ਜਾਂਦਾ ਹੈ ਇੱਥੇ ਕਪੂਰਥਲਾ ਆ ਜਾਂਦਾ ਹੈ ਤੇ ਇੱਥੇ ਆਪਣਾ ਫਿਰੋਜ਼ਪੁਰ ਆ ਜਾਂਦਾ ਹੈ ਉਹਦੇ ਬਾਰਡਰਸ ਤੇ ਚੱਕ ਕੇ ਕੀ ਹੈ ਬਣੀ ਹੋਈ ਹੈ ਨੈਕਸਟ ਆਪਣਾ ਆ ਜਾਂਦਾ ਹੈ ਦੇਬਰਲੇ ਕਿੱਥੇ ਹੈ ਰਾਜਸਥਾਨ ਦੇ ਵਿੱਚ ਪੁਸ਼ਕਰਲੇ ਕਿੱਥੇ ਹੈ ਅਜਮੇਰ ਰਾਜਸਥਾਨ ਦੇ ਵਿੱਚ कित है पुष्कर लेक अजमेर राज्य स्थान क्लीयर उस बाद अपना राजंत लेक कि है राजसमंध राज राजस्थान सिंपल है राजध कि राजस्थान राज राज की हो गया राजस्थान तो नैक्सट अपनी आती है सामबर लेक साबर लेक के लिए अपनी सॉल्ट लेक हैगी है साबर लेक की है अपनी एक ਸਾਲਟ ਲੇਕ ਹੈ ਠੀਕ ਹੈ ਕਿੱਥੇ ਹੈਗੀ ਆਪਣੀ ਰਾਜਸਥਾਨ ਦੇ ਵਿੱਚ ਸੰਬਰਲੇ ਕਿੱਥੇ ਹੈ ਰਾਜਸਥਾਨ ਦੇ ਵਿੱਚ ਰਾਮਗੜ੍ਹ ਲੇ ਕਿੱਥੇ ਹੈ ਰਾਜਸਥਾਨ ਦੇ ਵਿੱਚ ਮਾਨਸਰ ਲੇਕ ਵੀ ਕਿੱਥੇ ਹੈ ਰਾਜਸਥਾਨ ਫਤਿਹਸਾਗਰ ਲੇ ਕਿੱਥੇ ਹੈ ਇਹ ਵੀ ਰਾਜਸਥਾਨ ਰੰਗਸਾਗਰ ਕਿੱਥੇ ਹੈ ਰਾਜਸਥਾਨ ਰਾਜਸਥਾਨ ਚ ਕਿੱਥੇ ਉਦੈਪੁਰ ਦੇ ਵਿੱਚ ਠੀਕ ਹੈ स्वरूप सागर लेक उदयपुर के क्लीयर ए सारिया अपन लेक कि राजस्थान के एक अपनी रह गई नकई लेक माउंट आबू से आ जाती है माउंट आबूते राजस्थान अरावली रेंज केेक कह रही हूँ मैं नकई लेक कलियर हो गए ਉਸ ਤੋਂ ਬਾਅਦ ਆਪਣੀ ਅਜੰਦੀ ਸਿੱਕਮ ਦੇ ਵਿੱਚ ਇੱਕੋ ਲੈ ਕੇ ਕਿਹੜੀ ਹੈ ਤਸਾਂਗਮਾ ਕਿਹੜੀ ਹੈ ਤਸਾਂਗਮਾ ਇੱਕ ਆਪਾਂ ਮੇਘਾਲਿਆ ਵਿੱਚ ਕੀਤੀ ਸੀ ਕਿਹੜੀ ਉਮਾਮ ਲੇਖ ਠੀਕ ਹੈ ਇਹਨੂੰ ਆਪਾਂ 12 ਪਾਨੀ ਲੇਖ ਵੀ ਕਹਿੰਦੇ ਆ ਉਮਾਮ ਲੇਖ ਨੂੰ ਆਪਾਂ ਕਹਿੰਦੇ 12 ਪਾਨੀ ਲੇਖ ਹੁਣ ਇਹ ਤੇੜਿ ਸਿੱਕਮ ਦੀ ਤਸਾਂਗਮੋ ਲੇਖ ਹੈ ਇਹਨੂੰ ਆਪਾਂ ਦੂਸਰਾ ਨਾਮ ਕਿ ਚਾਂਗੂ ਲੇਖ ਝੱਗੂ ਕਹਿ ਦੋ ਚਾਂਗੂ ਕਹਿੰਦਾ ਝੱਗੂ ਤਾਂ ਯਾਰ ਅਗਲਾ ਝੱਗੂ ਤੁਹਾਨੂੰ ਸਭ ਨੂੰ ਯਾਰ ਆਏਗਾ ਝੱਗੂ ਸਿੱਕੇ ਠੀਕ ਹੈ ਤਸਾਂਗਮੋ ਇੱਥੇ ਕੀ ਹੈ ਜਦੋਂ ਆਪਣੀ ਪੂਰਨਮਾਸ਼ੀ ਹੁੰਦੀ ਹੈ ਨਾ ਫੈਸਟੀਵਲ ਮਨਾਇਆ ਜਾਂਦਾ ਠੀਕ ਹੈ ਪੂਰਨਿਮਾ ਆਪਾਂ ਕਹਿੰਦੇ ਗੁਰੂ ਪੂਰਨਿਮਾ ਇੱਥੇ ਕੀ ਉਹ ਫੈਸਟੀਵਲ ਕਿਹ ਮਨਾਇਆ ਜਾਂਦਾ ਵੈ ਨੈਕਸਟ ਆਪਣੀ ਆ ਜਾਂਦੀ ਹੈ ਸਿੱਕਮ ਤੋਂ ਅੱਗੇ ਆਪਣੀ ਆ ਜਾਂਦੀ ਹੈ ਸਿੱਕਮ ਵਿੱਚ ਕੰਗਟਕ ਵਿੱਚ ਇੱਕ ਹੈ ਚਾਉ ਮਾਲੂ ਲੇਕ ਕਲੀਅਰ ਹਾਈ ਤੇਲੰਗਾਨਾ ਵਿੱਚ ਆਪਣੀ ਆ ਜਾਂਦੀ ਹੈ ਹੁਸੈਨ ਸਾਗਰ ਲੇਕ ਕਿਹੜੀ ਲੇਕ ਹੈ ਤੇਲੰਗਾਨਾ ਵਿੱਚ ਹੁਸੈਨ ਸਾਗਰ ਲੇਕ ਕਿਹਦੇ ਦੁਆਰਾ ਬਿਲਡ ਕੀਤੀ ਗਈ ਸੀ ਹੈ ਕਿਹਦੇ ਨਾਮ ਤੇ ਰੱਖੀ lik... ਗਈ ਹੈ Hazrat Hazrat Hussein Shah wali ਦੇ ਨਾਮ ਤੇ ਰੱਖੀ ਗਈ ਹੈ ਕਿਹਦੇ Hazrat Hussein Shah wali ਤੇ ਜਿਹੜੀ ਹੈ ਹਾਈਦਰਾਬਾਦ ਦੀ ਦੋ ਸਿਟੀਆਂ ਨੂੰ ਕੀ ਹੈ ਟਵਿਨ ਸਿਟੀਆਂ ਨੇ ਦੋ ਹਾਈਦਰਾਬਾਦ ਤੇ ਸਿਕੰਦਰਾਬਾਦ ਉਹਨੂੰ ਕੀ ਹੈ ਕਨੈਕਟ ਕਰਦੀ ਹੈ ਠੀਕ ਹੈ ਹਾਈਦਰਾਬਾਦ ਤੇ ਸਿਕੰਦਰਾਬਾਦ ਉਹਨੂੰ ਕਨੈਕਟ ਕਰਦੀ ਹੈ ਨੈਕਸਟ ਆਪਣੇ ਕੀ ਹੈ ਉਸਮਾਨ ਲੈਕ ਐਵੀ ਇੱਥੇ ਤੇਲੰਗਾਨਾ ਦੇ ਵਿੱਚ ਨਯਮਤ ਸਾਗਰ ਲੈਕ ਤੇਲੰਗਾਨਾ ਵਿੱਚ ਮੀਰ ਆਲਮ ਟੈਂਕ ਐਵੀ ਕਿੱਥੇ ਤੇਲੰਗਾਨਾ ਵਿੱਚ ਨੈਕਸਟ ਆਪਣੀਆਂ ਅੱਜ ਦੀ ਤਾਮਿਲਨਾਡੂਸ ਦੇ ਲਈ ਤੇਲੰਗਾਨਾ ਠੀਕ ਹੋ ਗਏ ਕਲੀਅਰ ਲੈਕਚਰ ਪਸੰਦ ਆ ਰਿਹਾ ਲੈਕਚਰ ਨੂੰ ਕੀ ਹੈ ਫਟਾਫਟ ਸ਼ੇਅਰ ਕਰ ਦਿਓ ਤਾਂ ਕਿ ਕੀ ਹੈ ਇਹ ਛੋਟੇ-ਛੋਟੇ ਟਾਪਿਕਸ ਜੋ ਕਿ ਤੁਸੀਂ ਹਮੇਸ਼ਾ ਐਗਜ਼ਾਮਸ ਤੋਂ ਜਾਣ ਤੋਂ ਪਹਿਲੇ ਓਵਰਲੁੱਕ ਕਰ ਜਾਂਦੇ ਹੋ ਮਤਲਬ ਰਿਵਾਈਜ਼ ਕਰਨਾ ਨਹੀਂ ਪਸੰਦ ਕਰਦੇ ਤੁਸੀਂ ਰਿਵਾਈਜ਼ ਵੀ ਕਰੋਗੇ ਰਿਵਾਈਜ਼ ਦਾ ਲੋਡ ਇੰਨੀ ਪੈਣੀ ਕੁੱਕ ਐਂਡ ਤੱਕ ਮੈਂ ਤੁਹਾਨੂੰ ਯਾਦ ਕਰਵਾ ਦਿੰਨੀ ਰਿਵਾਈਜ਼ ਕਰਵਾ ਕਰਵਾ ਕੇ ਥਕਾ ਦੇਣਾ ਵੇ ਤੰਗ ਹੋ ਜਾਗੇ ਤੁਸੀਂ ਖੁਦ ਹੀ ਰਿਵਾਈਜ਼ ਕਰ ਕਰਕੇ ਇੰਨੀ ਰਿਵੀਜ਼ਨ ਤੁਹਾਨੂੰ ਗਿਲਸਮੈਂਟੋਰ ਨੇ ਖੁਦ ਹੀ ਕਰਾ ਦੇਣੀ ਐਗਜ਼ਾਮ ਆਉਣ ਤੱਕ ਨੈਕਸਟ ਕੀ ਹੈ ਚਿਦੰਬਰਮ ਲੇਖ ਪੁਸਕਲ ਲੇਖ ਇਹ ਕਿੱਥੇ ਨੇ ਸਾਰੀਆਂ ਤਾਮਿਲਨਾਡੂ ਦੇ ਵਿੱਚ ਸ਼ੋਵਰਮ ਲੇਖ ਬੇਲਾਸਾਗਰ ਸੌਰੀ ਵੀਰਨਾਮ ਲੇਖ ਇਹ ਤਿੰਨੋਂ ਲੇਕ ਕਿੱਥੇ ਨੇ ਆਪਣੇ? ਤਾਮਿਲਨਾਡੂ ਵਿੱਚ। ਬੇਲਾਸਾਗਰ ਲੇਕ ਕਿੱਥੇ ਆ ਆਪਣੇ ਉੱਤਰ ਪ੍ਰਦੇਸ਼ ਦੇ ਵਿੱਚ। ਬੇਲਾਸਾਗਰ ਲੇਕ ਕਿੱਥੇ ਆ ਆਪਣੇ ਉੱਤਰ ਪ੍ਰਦੇਸ਼ ਵਿੱਚ? ਉੱਤਰ ਪ੍ਰਦੇਸ਼ ਦੀ ਇੱਕੋ ਕਰਨੀ ਹੈ दैट इज ਬੇਲਾਸਾਗਰ ਲੇਕ। ਨੈਕਸਟ ਆਪਣੇ ਉਤਰਾਖੰਡ ਦੇ ਵਿੱਚ, ਉਤਰਾਖੰਡ ਵਿੱਚ ਦੋ ਹੈ ਭੀਮਤਾਲ ਤੇ ਡੋਡੀਤਾਲ। ਕਿਹੜੀ? ਭੀਮਤਾਲ ਤੇ ਡੋਡੀਤਾਲ। ਉਸ ਤੋਂ ਬਾਅਦ ਨੈਨੀਤਾਲ ਵੀ ਹੈ। ਠੀਕ ਹੈ? ਭੀਮਤਾਲ, ਡੋਡੀਤਾਲ, ਇੱਕ ਨੈਨੀਤਾਲ। ਇਡਕੇ ਮੈਂ ਨੈਨੀਤਾਲ ਇੱਥੇ ਮੈਂਸ਼ਨ ਨਹੀਂ ਆ ਤੁਸੀਂ ਆ ਰੱਖਣੀ ਹੈ ਕਲੀਅਰ ਹੁnde ਕੋ ਤਾਲ 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 ਕਿੱਥੇ ਆਗੇ ਉਤਰਾ ਖੰਡ ਦੇ ਵਿੱਚ ਜਿੱਥੇ ਤਾਲ ਆ ਰਿਹਾ ਕਿੱਥੇ ਆ ਜਾਂਦਾ ਉਤਰਾ ਖੰਡ ਦੇ T W A L ਵਾਲਾ ਨਹੀਂ T A L ਵਾਲਾ ਨੈਕਸਟ ਆ ਜਾਂਦਾ ਆਪਣਾ ਰਵਿੰਦਰ ਸਰੋਬਰ ਲੈ ਕਿੱਥੇ ਹੈ ਵੈਸਟ ਬੰਗਾਲ ਦੇ ਵਿੱਚ ਸਿਨਚਾਲ ਲੇਕ ਕਿੱਥੇ ਆਪਣੀ ਵੈਸਟ ਬੰਗਾਲ ਦੇ ਵਿੱਚ ਈਸ ਕਲਕੱਤਾ ਵੈਸਟ ਵੈਟਲੈਂਡਸ ਕਿੱਥੇ ਨੇ ਵੈਸਟ ਬੰਗਾਲ ਦੇ ਵਿੱਚ 17 ਗਾਚੀ ਲੇਕ ਕਿੱਥੇ ਆਪਣੀ ਵੈਸਟ ਬੰਗਾਲ ਦੇ ਵਿੱਚ ਕਲੀਅਰ ਐਸੀ ਆਪਣੀਆਂ ਅੱਜ ਦੀਆਂ ਕੁਝ ਲੇਕਸ ਉੱਤੇ ਇੰਪੋਰਟੈਂਟ ਕੁਝ ਲੇਕਸ ਨੇ ਇੰਪੋਰਟੈਂਟ ਲੇਕਸ ਦੇ ਉੱਤੇ ਆਪਣੀ ਡਿਸਕਸ਼ਨ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋएगी ਉਸ ਤੋਂ ਬਾਅਦ ਕੁਝ ਚੀਜ਼ਾਂ ਨੇ ਤੁਸੀਂ ਯਾਦ ਰੱਖਣੀਆਂ ਨੇ जीडिया मैं थोड़ा दसिया चिलिका लेक की है अपनी रिवाइज़ कर लो थो मैं नाम दसता रिवाइज कर लो फटाफट चिलिका लेक की है अपनी लार्जेस्ट कोस्टल लेगून लेक है नुझे नुझे कोस्टल लेगून लेक उस बाद अपनी कोदरू लेकी है अपनी लार्जस्ट फ्रैश वाटर लेक अपनी सॉरी लार्जसट नहीं है लार्जसट फ्रैश वाटर लेक अपनी वुलर लेक है ठीक है, है। लार्जस्ट अगर लेक पूछे इंडिया की लार्जैसट लेक ਸਾਂਬਰਲੇਗਾਉ ਰਾਜਿਸਥਾਨ ਦੀ ਸਾਂਬਰਲੇਗਾਉ ਆਪਣੇ ਰਾਜਿਸਥਾਨ ਦੀ ਹੁਣ ਇਕੁਏਸ਼ਨ ਆ ਸਕਦਾ ਹੈ ਜਿਹੜਾ ਆਪਣਾ ਤੁਹਾਨੂੰ ਮੈਂ ਕੁਐਸ਼ਨ ਦੱਸ ਚੁੱਕੀ ਹਾਂ ਸ੍ਰੀ ਹਰੀ ਕੋਟਾ ਆਇਲੈਂਡ ਹੈ ਕਿਹੜੀ ਲੇਕ ਉੱਤੇ ਕਿਹੜੀ ਲੇਕ ਉੱਤੇ ਪੁਲਕਿੱਥ ਲੇਕ ਉੱਤੇ ਕਿਹੜੀ ਕਿਹੜੀ ਲੇਕ ਉੱਤੇ ਹੈ ਪੁਲਕਿੱਥ ਲੇਕ ਉੱਤੇ ਕਲੀਅਰ ਹੁਣ ਆਪਾਂ ਕੁਐਸ਼ਨਸ ਨੂੰ ਡਿਸਕਸ ਕਰਦੇ ਹਾਂ Which of the following is the largest freshwater lake of India? ਸਭ ਤੋਂ ਲਾਰਜੇਸਟ ਫਰੈਸ਼ ਵਾਟਰ ਲੇਕ ਇੰਡੀਆ ਦੀ ਕਿਹੜੀ ਹੈ? ਕਿਹੜੀ ਹੈ ਲਾਰਜੇਸਟ ਫਰੈਸ਼ ਵਾਟਰ ਲੇਕ? ਦੱਸੋ ਕਿਹ ਹੋਈਆਂ? ਪੁਲੀਕਟ ਲੇਕ, ਚਿਲਿਕਾ ਲੇਕ, ਬੁੱਲਰ ਲੇਕ, ਵਿਵੰਨਨ ਲੇਕ। ਕਿਹੜੀ ਹੈ? ਬੁੱਲਰ ਲੇਕ ਕਿੱਥੇ ਹੈ? ਜੰਮੂ ਕਸ਼ਮੀਰ ਦੇ ਵਿੱਚ। ਵਿਵੰਨਨ ਕਿੱਥੇ ਹੈ? ਕੇਰਲ ਆ ਦੇ ਵਿੱਚ। ਕਿਹੜੀ ਟ੍ਰੋਫੀ ਹੁੰਦੀ ਹੈ? ਨਹਿਰੂ ਬੋਟ ਰਿਸ ਟ੍ਰੋਫੀ। which is the longest lake in india? ਲੋਂਗੇਸਟ ਲੇਕ ਇੰਡੀਆ ਦੀ ਕਿਹੜੀ ਹੈ ਲੋਂਗੇਸਟ ਲੇਕ ਇੰਡੀਆ ਦੀ ਕਿਹੜੀ ਹੈ ਹੁਣੇ ਆਪਾਂ ਡਿਸਕਸ ਕੀਤਾ ਫਟਾਫਟ ਜਲਦੀ ਆਨਸਰਸ ਦਿਆ ਕਰੋ ਇਹਨਾਂ ਦੇ ਏ ਆਪਸ਼ਨ ਦੈਟ ਇਜ਼ ਵਿਵੰਦਨ ਕੇਰਲਾ ਦੇ ਵਿੱਚ ਨੈਕਸਟ ਵੇਅਰ ਇਜ਼ ਦ ਸੰਗਮੋ ਲੇਕ ਸੰਗਮੋ ਕਿੱਥੇ ਗਿਆ ਸੀ ਬੇ ਕਿੱਥੇ ਹੋ ਗਈ ਸਿੱਕਮ ਦੇ ਵਿੱਚ ਕਿੱਥੇ ਹੋਈ ਸਿੱਕਮ ਦੇ ਵਿੱਚ ਨੈਕਸਟ ਵਿਚ ਆਫ ਦ ਫਾਲੋਇੰਗ ਲੇਕ ਇਸ ਪ੍ਰੈਜ਼ੈਂਟ ਇਨ ਮੇਘਾਲਿਆ ਮੇਘਾਲਿਆ ਵਿੱਚ ਕਿਹੜੀ ਹੈ ਇੱਕੋ ਹੀ ਲੇਕ ਸੀਗੀ ਕਿਹੜੀ ਸੀ ਉਮੈਮਲਿਕ ਠੀਕ ਹੈ ਮਗਾਲੇ ਵਿੱਚ ਕਿਹੜੀ ਸੀ ਉਮੈਮਲਿਕ ਇਹਨੂੰ ਹੋਰ ਕੀ ਕੀ ਕਿਹਾ ਜਾਂਦਾ ਬਾਹਰ ਪਾਣੀ ਲੇਖ ਵੀ ਕਿਹਾ ਜਾਂਦਾ ਠੀਕ ਹੈ ਬਾਹਰ ਪਾਣੀ ਲੇਖ ਵੀ ਕਿਹਾ ਜਾਂਦਾ ਵੈ ਨੈਕਸਟ ਰੋਪਰ ਲੇਖ ਕਿਹੜੀ ਲੇ ਕਿਹੜੀ ਸਟੇਟ ਵਿੱਚ ਪ੍ਰੈਜ਼ੈਂਟ ਹੈ ਰੋਪਰ ਲੇਖ ਕਿਹੜੀ ਸਟੇਟ ਵਿੱਚ ਹੈ ਗਿਆ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉਰ ਨਾਚਲ ਪ੍ਰਦੇਸ਼ ਕਿੱਥੇ ਪੰਜਾਬ ਹੁਣ ਐਵੇਂ ਚਾਰ ਪੰਜ ਆਪਸ਼ਨ ਦੇ ਦਿੰਦੇ ਪੰਜਾਬ ਚਾਰ ਪੰਜ ਗੈਰੀਆਂ ਚਾਰ ਆਪਸ਼ਨ ਪੰਜਾਬ ਦੀ ਫਿਰ ਪੰਜਾਬ ਵਿੱਚ ਕਿੱਥੇ ਰੂਪਨਗਰ ਵਿੱਚ ਕਿੱਥੇ ਹੈ ਰੂਪਨਗਰ ਵਿੱਚ ਹੁਣ ਆ ਪੁੱਛ ਰਿਹਾ 4 ਲੇਕਸ ਦਿੱਤੇ ਆ ਇਹ ਚਾਰਾ ਚੋ ਓਡੀਸਾ ਵਿੱਚ ਕਿਹੜੀ ਨਹੀਂ ਹੈ ਓਡੀਸਾ ਵਿੱਚ ਕਿਹੜੀ ਨਹੀਂ ਹੈ ਇਹ ਕੁਐਸ਼ਨਸ ਕਿਉਂ ਦੇ ਰਹੀ ਆ ਮੈਂ ਤੁਹਾਨੂੰ ਤਾਂ ਕਿ ਤੁਹਾਨੂੰ ਤਰੀਕਾ ਪਤਾ ਲੱਗ ਜਾਏ ਕਿਸ ਤਰ੍ਹਾਂ ਦਾ ਕੁਐਸ਼ਨ ਲੇਕਸ ਵਿੱਚੋਂ ਆ ਸਕਦਾ ਹੈ ਇਹੀ ਟਾਈਪ ਆਣਗੇ ਲੇਕ ਤੋਂ ਇਸ ਤੋਂ ਬਾਹਰ ਟਾਈਪ ਨਹੀਂ ਆਉਂਦੀ ਠੀਕ ਹੈ ਕਿਹੜੀ ਲੇਕ ਨਹੀਂ ਹੈ ਤਾਮਦਿਲ ਲੇਕ ਨਹੀਂ ਹੈ ओडिशा ਵਿੱਚ ਬਾਕੀ ਤਿੰਨੋਂ ਲੇਕਸ ਓਡੀਸਾ ਵਿੱਚ ਹੈ ਤਾਂ ਅਮਦਿੱਲ ਕਿੱਥੇ ਹੈ ਮਿਜ਼ੋਰਮ ਵਿੱਚ ਕਿੱਥੇ ਹੈ ਕੀ ਹੈ ਮਿਜ਼ੋਰਮ ਦੇ ਵਿੱਚ ਕਲੀਅਰ ਇਹ ਆਪਣਾ ਲੇਕਸ ਦਾ ਲੈਕਚਰ ਸੀਗਾ ਠੀਕ ਹੈ ਤੇ ਉਹਨਾਂ ਦੇ ਨਾਲ ਇੰਪੋਰਟੈਂਟ ਰਿਲੇਟਿਡ ਕੁਐਸ਼ਨ ਟਾਈਪ ਆਫ ਕੁਐਸ਼ਨਸ ਹੁਣ ਆਪਾਂ ਲੈਕਚਰ ਨਾਲ ਬਨੇ ਰਹਿਣਾ ਹੈ ਅੱਜ ਆਪਾਂ ਕੀ ਡਿਸਕਸ ਕਰਨ ਜਾ ਰਹੇ ਆ ਕੀ ਰਿਵਾਈਜ਼ ਕਰਨ ਜਾ ਰਹੇ ਆ ਕੇਰਲ ਆਦੀਆਂ ਕੇਰਲਾ ਦੇ ਨੈਸ਼ਨਲ ਪਾਰਕਸ ਠੀਕ ਹੈ ਕੀ ਡਿਸਕਸ ਕਰਨ ਜਾ ਰਹੇ ਆ ਕੇਰਲਾ ਦੇ ਤਮਿਲਨਾਡੂ ਤੇ ਕਰਤੇ ਸੀ ਇੱਕ ਸਕਿੰਟ ਰਹਿ ਦੱਸੋ ਅਨਾਇਮਲੀ ਮਧੂਮਲਾਈ ਮੁਕੁਰਤੀ ਗਲਫ ਆਫ ਮਨਾਰ ਮਰਾਇਨ ਤੇ ਹੋਰ ਕਿਹੜਾ ਸੀ ਲਾਸਟ ਗੁੰਡਾਈ نیشنل پارک ਠੀਕ ਹੈ ਇਹ ਕਿੱਥੋਂ ਦੀ ਸੀ ਤਾਮਿਲਨਾਡੂ ਹੁਣ ਆਪਾਂ ਆ ਜੰਦੇ ਆ ਕੇਰਲਾ ਦੀ ਕੇਰਲਾ ਦੇ ਵਿੱਚ ਕਿਹੜਾ ਹੈ ਅਨਾਮੁੱਡੀ ਅਨਾ ਅਨਾਮਲਾਈ ਕਿੱਥੇ ਹੈ ਅਨਾਮਲਾਈ ਇਜ਼ ਇਨ ਤਾਮਿਲਨਾਡੂ ਅਨਾਮੁੱਡੀ ਇਜ਼ ਇਨ ਕੇਰਲਾ ਅਨਾਮੁੱਡੀ ਇਜ਼ ਇਨ ਕੇਰਲਾ ਉਸ ਤੋਂ ਬਾਅਦ ਆਪਣੇ ਆ ਜਾਂਦੀ ਹੈ ਹੁਣੇ ਇੱਕ ਡਿਸਕਸ ਕੀਤਾ ਆਪਾਂ ਪ੍ਰਿਆਰ نیشنل ਪਾਰਕ ਪ੍ਰਿਆਰ ਝੀਲ ਵੀ ਹੈ ਪ੍ਰਿਆਰ ਰਿਵਰ ਵੀ ਹੈ ਤਿੰਨੋਂ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਸਾਇਲੈਂਟ ਵੈਲੀ ਕਿਹੜਾ ਆ ਜਾਂਦਾ ਹੈ ਸਾਇਲੈਂਟ ਵੈਲੀ نیشنل ਪਾਰਕ ਜੋ ਕਿ ਐਗਜ਼ਾਮਸ ਵਿੱਚ ਪੁੱਛੇ ਜਾਂਦਾ ਵੈ ਉਸ ਤੋਂ ਬਾਅਦ ਆਪਣਾ ਕਿਹੜਾ ਜਾਂਦਾ ਵੈ ਇਰਾ ਵਿਕੁਲਮ ਇਰਾ ਵਿਕੁਲਮ نیشنل ਪਾਰਕ ਠੀਕ ਹੈ ਤੇ ਕਿਹੜਾ ਵੈ ਪਬੰਦਮ ਪਬੰਦਮ ਨੈਸ਼ਨਲ ਪਾਰਕ ਕਿਹੜਾ ਵੈ ਪਬੰਦਮ ਨੈਸ਼ਨਲ ਪਾਰਕ ਤੇ ਲਾਸਟ ਨੈਸ਼ਨਲ ਪਾਰਕ ਆਪਣਾ ਕਿਹੜਾ ਕੇਰਲਾ ਦਾ ਰਹਿ ਜਾਂਦਾ ਵਾ ਆਪਣਾ ਮਥਾਈ ਮਥਾਈ ਕੀਤ ਕਿਹੜਾ ਜਾਂਦਾ ਮਥਾਈ ਕੀਤ एग्जाम ਵਿੱਚ ਨਹੀਂ ਆਂਦਾ ਪਰ ਆਪਾਂ ਕੋਈ ਵੀ ਐਕਸੈਪਸ਼ਨਲ ਹੋ ਸਕਦੀ ਹੈ ਚੀਜ਼ਾਂ ਕਦੀ ਵੀ ਪਲਟ ਸਕਦੀਆਂ ਨੇ ਤੁਸੀਂ ਖੁਦ ਦੇਖਿਆ ਵਾ ਪੀਐਸਪੀਸੀਲ ਦੇ एग्जाम ਵਿੱਚ ਬਹੁਤ ਕੁਝ ਆਇਆ ਵੀ ਹੈ ਤੇ ਬਹੁਤ ਕੁਝ ਨਹੀਂ ਵੀ ਆਇਆ ਕਲੀਅਰ ਐ ਸਭ ਕੀ ਆਪਣੇ ਕੇਰਲਾ ਦੇ ਨੈਸ਼ਨਲ ਪਾਰਕ ਕਲੀਅਰ ਹੋ ਗਿਆ ਤਾਮਿਲਨਾਡੂ ਕਲੀਅਰ ਹੋ ਗਿਆ ਕੇਰਲਾ ਰਿਵਾਈਜ਼ ਹੋ ਗਿਆ ਹੁਣ ਇਹਦੇ ਨਾਲ ਨਾਲ ਆਪਾਂ ਹੋਰ ਕੀ ਰਿਵਾਈਜ਼ ਕਰਨਾ ਸੀ ਟੈਂਪਲਸ ਨੂੰ ਕਿਉਂਕਿ ਆਪਾਂ ਕੀ ਹੈ ਟੈਂਪਲਸ ਵੀ ਡਿਸਕਸ ਕਰ ਚੁੱਕੇ ਹਾਂ ਹੁਣ ਟੈਂਪਲਸ ਵਿੱਚ ਵੈਸ਼ਨੂ ਦੇਵੀ ਟੈਂਪਲ ਕਿੱਥੇ ਹੈ ਜਲਦੀ ਦੱਸੋ ਸਾਰੇ फटाफट ਇਹਨਾਂ ਦੇ ਆਨਸਰਸ ਤੁਸੀਂ ਦਿਆ ਕਰੋ ਤਾਂ ਇਹ ਤੁਹਾਡੀ ਰਿਵੀਜ਼ਨ ਲਈ ਕਰਵਾ ਰਹੀਆਂ ਮੈਂ ਵੈਸ਼ਨੂ ਦੇਵੀ ਕਿੱਥੇ ਹੈ ਜੰਮੂ ਕਸ਼ਮੀਰ ਵਿੱਚ ਵੈਸ਼ਨੂ ਦੇਵੀ ਕਿੱਥੇ ਹੈ ਜੰਮੂ ਕਸ਼ਮੀਰ ਵਿੱਚ ਬਦਰੀਨਾਥ ਤੇ ਕੇਦਾਰਨਾਥ ਬਦਰੀਨਾਥ ਤੇ ਕੇਦਾਰਨਾਥ ਕਿੱਥੇ ਹੈ ਉੱਤਰਾਖੰਡ ਵਿੱਚ ਬਦਰੀਨਾਥ ਤੇ ਕੇਦਾਰਨਾਥ ਕਿੱਥੇ ਹੈ ਉੱਤਰਾਖੰਡ ਵਿੱਚ ਹੁਣ ਬਦਰੀਨਾਥ ਦੀ ਐਗਜ਼ੈਕਟ ਲੋਕੇਸ਼ਨ ਕੀ ਸੀ ਅਪਾ ਕੁਐਸਚਨ ਕੀਤਾ ਸੀ ਬਦਰੀਨਾਥ ਦੀ ਲੋਕੇਸ਼ਨ ਦਾ ਕੀ ਸੀ ਚਮੋਲੀ ਉੱਤਰਾਖੰਡ ਵਿੱਚ ਕਿੱਥੇ ਚਮੋਲੀ उत्तराखंड ठीक है आप फाइव टैंपल्स की गल की सी नैक्सट अपना टैंपल की है खुजारो टैंपल्स कितने ने खुजारो टैंपल्स कि टेंपल पूछ रही हूँ मैं खुजा खुजारो टैपल्स कितने ने मध्य प्रदेश छत्तरपुर मध्य प्रदेश के ठीक है एक लास्ट टैंपल जो आप डिस्कस करना है ਕਿਹੜਾ ਟੈਂਪਲ ਡਿਸਕਸ ਕਰੀਏ ਮੁੰਦੇਸ਼ਵਰੀ ਟੈਂਪਲ ਠੀਕ ਹੈ ਮੁੰਦੇਸ਼ਵਰੀ ਟੈਂਪਲ ਇਹ ਕਿੱਥੇ ਮੁੰਦੇਸ਼ਵਰੀ ਟੈਂਪਲ ਬਿਹਾਰ ਦੇ ਵਿੱਚ ਕਿੱਥੇ ਬਿਹਾਰ ਦੇ ਵਿੱਚ ਤੇ ਬਿਹਾਰ ਵਿੱਚ ਅੱਗੇ ਕਿੱਥੇ ਆਪਣਾ ਕਾਇਮੂਰ ਵਿੱਚ ਠੀਕ ਹੈ ਬਿਹਾਰ ਵਿੱਚ ਅੱਗੇ ਕਿੱਥੇ ਆਪਣਾ ਕਾਇਮੂਰ ਵਿੱਚ ਕਿਹੜੇ ਪੰਜ ਟੈਂਪਲ ਕਿਤੇ ਵੈਸ਼ਨੂ ਦੇਵੀ ਬਦਰੀਨਾਥ ਕੇਦਾਰਨਾਥ ਖਜਾਰੋ ਟੈਂਪਲਸ ਐਂਡ ਮੁੰਦੇਸ਼ਵਰੀ ਟੈਂਪਲਸ ਕਲੀਅਰ ਹੋ ਗਈ ਰੀਵੀਜ਼ਨ ਹੋ ਗਈ ਤੋਨੋ ਚੀਜ਼ਾਂ ਦੀ ਲੇਕਸ ਕਲੀਅਰ ਹੋ ਗਈ ਕਲੀਅਰ ਹੋ ਗਈ ਜਲਦੀ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਕੋਈ ਵੀ ਟਾਪਿਕ ਹੈ ਕੁਝ ਵੀ ਹੋ ਤੁਸੀਂ ਕਰਨਾ ਚਾਹੁੰਦੇ ਹੋ ਸਟੈਟਿਕ ਵਿੱਚ ਅਸੀਂ ਤੁਹਾਡਾ ਇੱਕ ਇੱਕ ਚੀਜ਼ ਟਾਪਿਕ ਵਾਈਜ਼ ਕਲੈਰਿਟੀ ਦੇ ਨਾਲ ਗਿਲਸ ਮੈਂਟਰ ਤੁਹਾਡੇ ਨਾਲ ਜੁੜਿਆ ਹੋਇਆ ਹੈ ਟੈਨਸ਼ਨ ਨਹੀਂ ਲੈਣੀ ਰਿਵੀਜ਼ਨ ਵੀ ਤੁਹਾਡੇ ਕੀਮਾ ਨਾਲ ਕਰਵਾ ਰਹੀਆਂ ਆਪਣੇ ਵਾਅਦੇ ਦੇ ਮੁਤਾਬਿਕ ਠੀਕ ਹੈ ਲੈਕਚਰ ਰੋਜ਼ ਸਵੇਰੇ 11 ਵਜੇ ਹੋਏਗਾ ਆਨਾ ਭੁੱਲਣਾ ਨਹੀਂ ਹੈ ਕਦੇ ਵੀ ਰਿਵੀਜ਼ਨ ਕਰਦੇ ਰਹਿਣਾ ਹੈ ਨੰਨਾ ਹੁਣ ਆਪਾਂ ਮਿਲਦੇ ਹਾਂ ਆਪਣੇ ਨੈਕਸਟ ਲੈਕਚਰ ਦੇ ਵਿੱਚ